26 ਜਨਵਰੀ ਮੌਕੇ ਸੰਗਰੂਰ ਪਹੁੰਚੇ ਟਰਾਂਸਪੋਰਟ ਮੰਤਰੀ ਨੇ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇੱਕ ਬੱਸ ਦੀ ਚੈਕਿੰਗ ਕੀਤੀ ਗਈ ਸੀ ਜੋ ਕਿ ਡੀਲੈਕਸ ਬੱਸ ਸੀ, ਪਰ ਉਸ ਵਿੱਚ ਸਵਾਰੀਆਂ ਲਿਮਿਟ ਤੋਂ ਜ਼ਿਆਦਾ ਭਰੀਆਂ ਹੋਈਆਂ ਸਨ, ਜਿਸ ਕਰਕੇ ਉਸਦਾ ਚਲਾਨ ਕੀਤਾ ਗਿਆ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ 52 ਸੀਟਰ ਬੱਸ ਹੈ ਉਸ ਵਿੱਚ ਕੋਈ ਲੋੜਵੰਦ ਜ਼ਿਆਦਾ ਨਹੀਂ ਬੈਠ ਸਕਦਾ। ਪਰ ਉਹਨਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਾਲ ਹੀ ਇਹ ਕਿਹਾ ਕਿ ਜੋ ਕਾਨੂੰਨ ਹੈ ਉਸ ਦੀ ਪਾਲਣਾ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ। ਭਾਰਤੀਆਂ ਨੂੰ, ਸਾਡੇ ਜਿਹੜੇ NRI ਭੈਣਾਂ ਭਰਾ ਵਿਦੇਸ਼ਾਂ 'ਚ ਬੈਠੇ ਆ, ਸਾਰੇ ਪੰਜਾਬੀਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। 26 ਜਨਵਰੀ 1950 ਨੂੰ ਬਾਬਾ ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ ਨੇ ਸਾਡੇ ਭਾਰਤ ਦਾ ਸੰਵਿਧਾਨ ਲਿਖਿਆ ਸੀ, ਅਤੇ ਉਸੇ ਸੰਵਿਧਾਨ ਦੇ ਤਹਿਤ ਅਸੀਂ ਅੱਜ ਆਜ਼ਾਦੀ ਦਾ ਜਿਹੜਾ ਨਿੱਘ ਮਾਰ ਰਹੇ ਹਾਂ। ਸਾਨੂੰ ਕਾਨੂੰਨ ਵਿਵਸਥਾ ਜਿਹੜੀ ਆ, ਲਾਅ ਐਂਡ ਆਰਡਰ ਦੀ ਸਥਿਤੀ ਆ, ਉਸ ਸੰਵਿਧਾਨ ਦਾ ਕਰਕੇ ਹੀ ਅਸੀਂ ਵਧੀਆ ਤਰੀਕੇ ਨਾਲ ਆਪਦੀ ਜ਼ਿੰਦਗੀ, ਆਪਦਾ ਆਉਣ ਵਾਲਾ ਜਿਹੜਾ ਕੱਲ੍ਹ ਸਾਡਾ ਭਵਿੱਖ ਆ ਬੱਚੇ, ਉਹਨਾਂ ਨੂੰ ਆਪਦੇ ਦੇਸ਼ ਦੇ ਵਿੱਚ ਸੁਰੱਖਿਅਤ ਰੱਖ ਰਹੇ ਹਾਂ। ਅਤੇ ਆਉਣ ਵਾਲਾ ਸਮਾਂ ਵੀ ਆ ਜਿਹੜਾ ਉਹ ਖੁਸ਼ੀਆਂ ਭਰਿਆ ਹੋਵੇ, ਖੁਸ਼ੀਆਂ ਖੇੜਿਆਂ ਵਾਲਾ ਹੋਵੇ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਸਾਡਾ ਪੰਜਾਬ ਸੂਬਾ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਅਤੇ ਤਰੱਕੀ ਕਰ ਰਿਹਾ। ਬਿਜਲੀ ਆ ਉਹ ਲੋਕਾਂ ਨੂੰ 90% ਲੋਕਾਂ ਨੂੰ ਫ੍ਰੀ ਦੇ ਵਿੱਚ ਮਿਲ ਰਹੀ ਆ, ਸਿਹਤ ਸਹੂਲਤਾਂ ਮਿਲ ਰਹੀਆਂ ਆ, ਹੋਰ ਕਈ ਤਰ੍ਹਾਂ ਦੀਆਂ ਜਿਹੜੀ ਸਾਡੀ ਜਿਵੇਂ ਪੰਚਾਇਤੀ ਜ਼ਮੀਨਾਂ ਸਨ ਉਹ ਅਸੀਂ ਲੋਕਾਂ ਦੇ ਕਬਜ਼ਿਆਂ 'ਚੋਂ ਛਡਾ ਰਹੇ ਹਾਂ। 12,500 ਏਕੜ ਦੇ ਕਰੀਬ ਲੋਕਾਂ ਦੇ ਨਜਾਇਜ਼ ਕਬਜ਼ਿਆਂ 'ਚੋਂ ਉਹ ਜ਼ਮੀਨ ਛਡਾਈ ਆ, ਜਿਹਦੀ ਕੀਮਤ ਕਰੋੜਾਂ ਦੇ ਵਿੱਚ ਬਣਦੀ ਆ। ਹੋਰ ਵੀ ਜੇ ਆਪਾਂ ਗਿਣ ਲੱਗੀਏ ਤਾਂ ਮੈਨੂੰ ਲੱਗਦਾ ਵੀ 2 ਘੰਟੇ ਲੱਗ ਜਾਣਗੇ ਜਿੰਨੀਆਂ ਸਹੂਲਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਿਲੀਆਂ। ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜੇ ਲੋਕ ਹੁੰਦੇ ਆ ਨਾ ਜਾਂ ਕੋਈ ਮੁਲਾਜ਼ਮ ਹੁੰਦਾ, ਉਹ ਜਿਹੜੀ ਕੋਈ ਮਾੜੀ ਜੀ ਨੈਗੇਟਿਵ ਗੱਲ ਹੁੰਦੀ ਉਹਨੂੰ ਚੁੱਕ ਲੈਂਦੇ ਆ। ਉਹ ਜਿਹੜਾ ਬੱਸ ਦਾ ਚਲਾਨ ਕੀਤਾ ਸੀ ਸਲੀਪਰ ਬੱਸ ਸੀ, ਉਹਦੇ ਵਿੱਚ 150-150 ਸਵਾਰੀ ਤੁੰਨ ਤੁੰਨ ਕੇ ਭਰੀ ਸੀ, ਅਤੇ ਜਿਹੜੀਆਂ 2-4-5-7 ਸਵਾਰੀਆਂ ਵੱਧ ਬਿਠਾਉਣੀਆਂ ਉਹ ਕੋਈ ਐਡੀ ਵੱਡੀ ਗੱਲ ਵੀ ਨਹੀਂ, ਆਪਾਂ ਨੂੰ ਅੱਡੇ ਤੋਂ ਸਵਾਰੀਆਂ ਚੁੱਕਣੀਆਂ ਪੈਂਦੀਆਂ ਹੀ ਆ। ਅਤੇ ਜਾਣ ਕੇ ਇੱਕ ਨੈਗੇਟਿਵ ਚੀਜ਼ ਨੂੰ ਚੁੱਕ ਕੇ ਆਪਾਂ ਅੱਗੇ ਲੈ ਆਉਣਾ ਜੀ, ਉਹ ਜੀ ਟਰਾਂਸਪੋਰਟ ਮੰਤਰੀ ਨੇ, ਮੈਂ ਤਾਂ ਕਿਤੇ ਕਿਹਾ ਹੀ ਨਹੀਂ ਗਾ ਵੀ ਜੇ ਕੋਈ 2-4-5 ਸਵਾਰੀਆਂ ਕਿਤੇ ਵੱਧ ਆ ਤਾਂ ਉਹਨਾਂ ਨੂੰ ਆਪਾਂ ਚੜਾਉਣਾ ਨਹੀਂ। ਉਹ ਤਾਂ 150 ਸਵਾਰੀ ਉਹਨੇ ਬੰਦੇ ਨੇ ਬੱਸ 'ਤੇ ਚੜ੍ਹਾਈ ਸੀ, ਅਤੇ ਜੇ ਉਹ ਬੱਸ ਕਿਤੇ ਕਿਤੇ ਹੀ ਉਹ ਰੱਬ ਨਾ ਕਰੇ ਐਕਸੀਡੈਂਟ ਹੋ ਜਾਵੇ ਤਾਂ ਉਹ 150 ਜਾਨਾਂ ਦਾ ਕੌਣ ਵਾਲੀ ਵਾਰਸ ਆ। 52 ਸੀਟਾਂ ਤੋਂ ਵੱਧ ਬਿਠਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ? ਹੁਣ ਵੇਖੋ, ਜੇ ਕਿਤੇ ਕੋਈ ਲੋੜਵੰਦ ਆ, ਕੋਈ 2-4 ਬੰਦੇ ਬੈਠੇ ਅੱਗੇ ਵੀ ਤਾਂ ਚੜ੍ਹਦੇ ਹੀ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਉਹ ਤਾਂ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਓਵਰਲੋਡ ਕਰ ਲਾਂਗੇ, ਅਸਲੋਂ ਜ਼ਿਆਦਾ ਆਪਾਂ ਜਦੋਂ ਚੜ੍ਹਾ ਲਾਂਗੇ। ਅਤੇ ਹੁਣ ਪ੍ਰੈਸ ਵਾਲੇ ਵੀਰ ਨੇ ਵੀ ਜਾਣ ਕੇ ਧਰਾ ਕੇ ਵੀ ਨੈਗੇਟਿਵ ਗੱਲ ਕੋਈ ਨਾ ਕੋਈ ਆਪਾਂ ਫੜੀਏ ਉਸ ਪਾਸੇ ਨੂੰ ਜਾਂਦੇ ਨੇ ਜਿੱਥੇ ਲੋਕਾਂ ਦੀ ਭਲਾਈ ਆ, ਕੋਈ ਐਮਰਜੈਂਸੀ ਹੁੰਦੀ ਹੈ, ਕੋਈ ਕਿਸੇ ਵੇਲੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਨੇ ਆਪਦੀ ਮੰਜ਼ਿਲ 'ਤੇ ਛੇਤੀ ਪਹੁੰਚਣਾ ਹੁੰਦਾ, ਅਤੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਤਾਂ ਬਿਠਾਉਣਾ ਚਾਹੀਦਾ। ਇਹ ਨਹੀਂ ਕਰਨਾ ਚਾਹੀਦਾ ਵੀ ਆਪਾਂ ਲੋਕਾਂ ਨੂੰ ਹਰਾਸਮੈਂਟ ਕਰੀਏ ਜਾਂ ਕੋਈ ਥੋੜ੍ਹੀ ਜਿਹੀ ਨਿੱਕੀ ਨੈਗੇਟਿਵ ਗੱਲ ਫੜ ਕੇ ਤੁਹਾਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀਏ। ਸਰ, ਪਰ ਕਨੈਕਟਰ ਤਾਂ ਇਹ ਗੱਲ ਕਹਿ ਰਹੇ ਨੇ, ਜਿਹੜੇ ਬੱਸ ਕਨੈਕਟਰ ਨੇ ਸਰਕਾਰੀ ਬੱਸਾਂ ਦੇ, ਉਹ ਕਹਿੰਦੇ ਵੀ ਜੇਕਰ ਸਵਾਰੀਆਂ ਅਸੀਂ ਵਧਾਂਗੇ ਕੋਈ 19-21 ਗੱਲ ਹੋ ਗਈ ਤਾਂ ਸਾਡੇ 'ਤੇ ਪੈਣੀ ਹੈ। ਨਹੀਂ, ਅੱਗੇ 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 ਕਿੰਨੇ ਕੁ ਉਹਨਾਂ 'ਤੇ ਕਾਰਵਾਈਆਂ ਹੋਈਆਂ ਜਿਹੜੇ ਕਨੈਕਟਰ ਨੇ, ਕਿੰਨੀਆਂ ਕਾਰਵਾਈਆਂ ਹੋਈਆਂ ਉਹਨਾਂ 'ਤੇ? ਸਰ, ਤੁਸੀਂ 52 ਸਵਾਰੀਆਂ ਬਿਠਾਉਣ ਤੋਂ 52 ਤੋਂ ਵੱਧ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੰਦੇ ਹੋ? ਵੇਖੋ, ਜੋ ਕਾਨੂੰਨ ਹੈ ਕਾਨੂੰਨ ਅਨੁਸਾਰ ਚੱਲਣਾ ਹੁੰਦਾ। ਮੈਂ ਅੱਗੇ ਵੀ ਗੱਲ ਕਹੀ ਆ ਵੀ ਕਿਸੇ ਵੇਲੇ ਕਿਸੇ ਦਾ ਕੋਈ ਜੀਅ ਬਿਮਾਰ ਹੁੰਦਾ, ਤੁਸੀਂ ਕਿਤੇ ਮੰਜ਼ਿਲ 'ਤੇ ਪਹੁੰਚਣਾ ਵੀ ਛੇਤੀ, ਕੋਈ ਇੰਟਰਵਿਊ ਕਰਨੀ ਹੋਵੇ ਤੁਹਾਨੂੰ ਛੇਤੀ ਹੋਵੇ, ਅਤੇ ਜੇ ਇਹੋ ਜਿਹੀ ਕੋਈ ਕਿਸੇ ਦੀ ਵਜ੍ਹਾ ਵਾ ਤਾਂ ਚੜਾਉਣਾ ਵੀ ਚਾਹੀਦਾ। ਇਹੋ ਜਿਹੀ ਕੋਈ ਐਡੀ ਵੱਡੀ ਗੱਲ ਨਹੀਂ, ਇਸ਼ੂ ਨਹੀਂ ਬਣਾਉਣਾ ਚਾਹੀਦਾ।